ਕੀ ਕਹਿੰਨੀ ਆ ਤੰਤਨ ਸਿਰਗੁਰੂ ਨਾਨਕ ਦੇਵ ਸਾਹਿਬ ਜੀ ਉਹ ਮਹਾਰਾਜ ਵੀ ਇੱਥੇ ਆਏ ਹਨ ਇੱਥੇ ਹੈਂਡ ਲਾ ਇੱਥੇ ਸੱਪ ਬੈਠੇ ਸੀ ਆ ਕੇ ਆਪਣਾ ਇੱਥੇ ਡੇਰਾ ਲਾਉਣ ਲੱਗੇ ਆ ਜਿੱਥੇ ਕੁਕਿੰਗ ਕਰਨ ਲੱਗੇ ਆ ਅੱਜ ਅਜੇ ਅਸੀਂ ਸਿਲਚਰ 'ਚ ਹੀ ਖੜੇ ਹਾਂ ਸਿਲਚਰ ਸ਼ਹਿਰ ਦੇ ਵਿੱਚ ਹੀ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਨੇ ਹਨ ਜਿਹੜਾ ਪਿਛਲੇ ਦਿਨੀ ਹੜ ਆਇਆ ਸੀਗਾ ਇਸ ਗੁਰਦੁਆਰਾ ਸਾਹਿਬ ਦੀ ਕੰਧ ਤੋੜ ਕੇ ਪਾਣੀ ਅੰਦਰ ਚਲਾ ਗਿਆ ਸੀਗਾ ਤੇ ਅੰਦਰ ਅੱਜ ਵੀ ਅਜੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਕਿਉਂਕਿ ਅਜੇ ਕੰਮ ਚੱਲ ਰਿਹਾ ਹੈ ਉਸ ਤੋਂ ਬਾਅਦ ਚ ਸਾਫ ਸਫਾਈ ਦਾ ਤੇ ਆਓ ਤੁਹਾਨੂੰ ਇਸ ਗੁਰਦਵਾਰ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਹਾਂ ਇਹ ਹੈ ਜੀ ਗੁਰਦੁਆਰਾ ਸਾਹਿਬ ਇਹ ਬੀ ਆਰਓ ਜਿਹੜੀ ਬਾਰਡਰ ਰੋਡ ਆਰਗੇਨਾਈਜੇਸ਼ਨ ਹੁੰਦੀ ਹੈ ਆਹ ਵੇਖੋ ਆਹ ਕੰਧ ਸੀਗੀ ਜਿਹੜੀ ਪਾਣੀ ਦੇ ਪ੍ਰੈਸ਼ਰ ਨੇ ਛੁੱਟ ਦਿੱਤੀ ਸੀ ਹੁਣ ਬਣਾਈ ਜਾ ਰਹੀ ਹੈ ਇਟਾਂ ਵਾਲੇ ਦਵਾਲੇ ਪਈਆਂ ਹਨ ਇਸ ਗੁਰਦੁਆਰਾ ਸਾਹਿਬ ਦੀ ਇਹ ਮੇਨ ਐਂਟਰੈਂਸ ਹੈ ਇੱਕ ਛੋਟਾ ਜਿਹਾ ਸਥਾਨ ਹੈ ਸ਼ਿਲਚਰ ਸ਼ਹਿਰ ਦੇ ਵਿੱਚ ਨਿਸ਼ਾਨ ਸਾਹਿਬ ਦਾ ਥੜਾ ਜਿਹੜਾ ਭਾਈ ਸਾਹਿਬ ਉਸ ਦਿਨ ਦੱਸ ਰਹੇ ਸੀ ਇੱਕ ਇੱਕ ਇੰਚ ਪਾਣੀ ਸਿਰਫ ਥੱਲੇ ਰਹਿ ਗਿਆ ਸੀਗਾ ਇਹ ਨਿਸ਼ਾਨ ਸਾਹਿਬ ਹਨ ਤੇ ਅੰਦਰ ਜੇ ਤੁਸੀਂ ਕੰਧਾਂ ਵੱਲ ਜਾਓ ਆ ਕੰਧਾਂ ਤੋਂ ਪਤਾ ਲੱਗਦਾ ਹੈ ਕਿ ਤਕਰੀਬਨ 3-3 ਫੁੱਟ ਪਾਣੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਿਆ ਸੀ ਅੱਜ ਗੁਰੂ ਸਾਹਿਬ ਜੀ ਦਾ ਅਜੇ ਪ੍ਰਕਾਸ਼ ਇੱਥੇ ਨਹੀਂ ਹੈ ਕਿਉਂਕਿ ਸਾਰੀ ਉਹ ਜਿਹੜੀ ਸੇਲ ਆ ਜਾਂਦੀ ਹੈ ਉਸ ਤੋਂ ਬਾਅਦ ਚ ਹਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੋਹਣੀ ਵਿਛਾਈ ਹੋ ਗਈ ਹੈ ਹੁਣ ਤੇ ਛੇਤੀ ਹੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਫਿਰ ਤੋਂ ਇੱਥੇ ਆ ਕੇ ਸੁਸ਼ੋਭਤ ਹੋ ਜਾਣਗੇ ਪਾਣੀ ਆ ਜਾਣ ਕਰਨ ਉਹ ਸਾਰੇ ਗੱਦੇ ਪਏ ਹਨ ਉਧਰ ਜਿਹੜੇ ਭਿੱਜ ਗਏ ਸਨ ਇਹ ਸੱਚਖੰਡ ਹੈ ਗੁਰੂ ਸਾਹਿਬ ਜੀ ਉਸ ਵੇਲੇ ਫਿਰ ਇਥੋਂ ਹੋਰ ਕਿਸੇ ਸੇਵਕ ਦੇ ਘਰੇ ਚਲੇ ਗਏ ਸਨ ਤੇ ਇਹ ਗੱਦੇ ਹਨ ਜੀ ਜਿਹੜੇ ਸਾਰੇ ਭਿੱਜ ਚੁੱਕੇ ਹਨ ਆ ਗੁਰਦੁਆਰਾ ਸਾਹਿਬ ਦੇ ਪਿੱਛੇ ਸਥਾਨ ਹੈ ਜਿੱਥੇ ਭਾਈ ਸਾਹਿਬ ਆਪ ਰਹਿੰਦੇ ਹਨ ਉਹ ਦੱਸ ਰਹੇ ਸਨ ਕਿ ਜਦੋਂ ਇੱਥੇ ਪਾਣੀ ਆ ਗਿਆ ਸੀ ਨਾ ਇੰਨਾ ਉੱਚਾ ਉੱਚਾ ਤਾਂ ਆ ਜਿਹੜਾ ਹੈ ਦਰਵਾਜ਼ੇ ਜਿਵੇਂ ਇੱਥੇ ਹੈਂਡਲ ਆ ਇੱਥੇ ਸੱਪ ਬੈਠੇ ਸੀ ਆ ਕੇ ਤੇ ਆ ਜਿਹੜੇ ਮਰਜੀ ਕੰਧ ਤੇ ਵੇਖ ਲੋ ਪਾਣੀ ਦੇ ਵਿੱਚ ਆਣ ਆਣ ਕੇ ਸੱਪ ਰੁੜ ਕੇ ਆਏ ਜਿਹੜੇ ਉਹ ਵਿਚਾਰੇ ਪਾਣੀ ਤੋਂ ਉੱਪਰ ਨਿਕਲ ਨਿਕਲ ਕੇ ਨਾ ਕੰਧਾਂ ਦੇ ਉੱਤੇ ਬੈਠੇ ਹੋਏ ਸੀ ਇਹ ਸਾਡੇ ਵੱਡੇ ਵੀਰ ਹਨ ਜੀ ਕਰਨਲ ਬੈਨਰਜੀ ਇਹ ਵੈਸਟ ਬੰਗਾਲ ਚ ਪੈਦਾ ਹੋਏ ਸੀਗੇ ਤੇ ਅੱਜ ਅਸੀਂ ਬੈਠ ਕੇ 15-20 ਮਿੰਟ ਇਕੱਠਿਆਂ ਨੇ ਗੱਲਾਂ ਕੀਤੀਆਂ ਚਾਹ ਪਾਣੀ ਪੀਤਾ ਬੜਾ ਵਧੀਆ ਮਹਿਸੂਸ ਹੋਇਆ ਬੜਾ ਆਪਣਾਪਨ ਮਹਿਸੂਸ ਹੋਇਆ ਥੈਂਕ ਯੂ ਕਰਨਲ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਾਂ ਅੱਗੇ ਚੱਲ ਪਏ ਆ ਅੱਗੇ ਜਿਹੜੀ ਗੱਡੀ ਨੈਨੋ ਜਾ ਰਹੀ ਹੈ ਏ ਆਪਣੇ ਹੀ ਨਾਲ ਹਨ ਵੀਰ ਜਿਹੜੇ ਦੋ ਜਾ ਰਹੇ ਹਨ ਇਥੋਂ ਤਕਰੀਬਨ 4 ਕਿਲੋਮੀਟਰ ਦੂਰ ਇੱਕ ਮੰਦਿਰ ਹੈ ਜਿੱਥੇ ਜਾਣਾ ਇਹ ਪੱਠਾ ਜੀ ਜਿਹੜਾ ਬੰਦ ਪਿਆ ਹੋਇਆ ਉਹ ਵੇਖੋ ਉੱਤੇ ਜਾ ਕੇ ਬੂਟਾ ਉੱਗਾ ਜਿਸ ਨੂੰ ਪਰਮੇਸ਼ਰ ਨੇ ਉਗਾਉਣਾ ਹੋਵੇ ਵੇਖੋ ਕਿੱਥੇ ਉਗਾ ਦਿੰਦਾ ਆਪਾਂ ਇੱਥੇ ਆਏ ਹਾਂ ਬ੍ਰਹਮ ਬਾਬਾ ਜੀ ਦਾ ਜਿਹੜਾ ਮੰਦਿਰ ਹੈ ਇਹ ਸੜਕ ਸਿਲਚਰ ਤੋਂ ਆ ਰਹੀ ਹੈ ਤਕਰੀਬਨ 15 ਕਿਲੋਮੀਟਰ ਦੂਰ ਹੈ ਇਹ ਵੀਰ ਇੱਥੇ ਦੇ ਸਾਰੇ ਪ੍ਰਬੰਧਕ ਹਨ ਪੁਜਿਤ ਹਨ ਪੰਡਿਤ ਜੀ ਹਨ ਤੇ ਇਹ ਪਿੱਛੇ ਨਾ ਇੱਕ ਚਾਹ ਦਾ ਬਾਗ ਹੈ ਬਹੁਤ ਵੱਡਾ ਪੁਰਾਣਾ ਔਰ ਉਥੋਂ ਦੇ ਮੈਨੇਜਰ ਸਾਹਿਬ ਹਨ ਅਸੀਂ ਇਹਨਾਂ ਨੂੰ ਮਿਲੇ ਆ ਬੈਠ ਕੇ ਚਾਹ ਪਾਣੀ ਇਕੱਠਿਆਂ ਵੀਰਾਂ ਨੇ ਪੀਤਾ ਗੱਲਬਾਤ ਕੀਤੀ ਕਿ ਧੰਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪੂਵਨ ਪਹਾੜ ਤੇ ਆਏ ਸੀ ਫਿਰ ਕ੍ਰੀਮ ਗੰਜ ਆਏ ਹਨ ਇਹ ਰਸਤਾ ਹੈ ਉਹਨਾਂ ਦਾ ਸਾਨੂੰ ਇੱਕ ਭਾਈ ਸਾਹਿਬ ਮਿਲੇ ਸੀ ਜਿਨ੍ਹਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਪਿਤਾ ਜੀ ਦੇ ਕੋਲ ਕੋਈ ਇਥੋਂ ਪ੍ਰੋਫਿਟ ਜੀ ਜਾਂਦੇ ਸਨ ਉਹ ਜ਼ਿਕਰ ਕਰਦੇ ਸਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਇੱਥੇ ਆਏ ਹਨ ਔਰ ਪ੍ਰੋਹਿਤ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਇੱਥੇ ਜਿਹੜਾ ਜੋੜ ਮੇਲਾ ਹੈ ਨਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਲੱਗਦਾ ਹੈ ਹੁਣ ਇਹ ਗੱਲ ਅਸੀਂ ਇਹਨਾਂ ਵੀਰਾਂ ਨਾਲ ਵੀ ਸਾਂਝੀ ਕੀਤੀ ਹੈ ਇਹ ਕਹਿੰਦੇ ਕਿ ਸਾਨੂੰ 100 ਸਾਲ ਤੋਂ ਵੱਧ ਇਤਿਹਾਸ ਦੀ ਕੋਈ ਜਾਣਕਾਰੀ ਨਹੀਂ ਹੈ ਸੋ ਇਸ ਕਰਕੇ ਗੁਰੂ ਸਾਹਿਬ ਜੀ ਦਾ ਇੱਥੇ ਆਉਣਾ ਕਨਫਰਮ ਨਹੀਂ ਹੈ ਪਰ ਇਹ ਖੁਸ਼ ਬੜੇ ਇਸ ਗੱਲੋਂ ਹੋਏ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਜਿਹੜਾ ਜੋੜ ਮੇਲਾ ਲੱਗਦਾ ਹੈ ਇਹਨਾਂ ਨੇ ਤੇ ਇਥੋਂ ਤੱਕ ਕਿਹਾ ਕਿ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਤੁਸੀਂ ਉਦੋਂ ਆਇਓ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਵੀ ਇੱਥੇ ਯਾਦ ਕਰਿਆ ਕਰਾਂਗੇ ਸਾਡਾ ਜਿੰਨਾ ਕ ਅਸੀਂ ਆ ਕੇ ਪੁੱਛ ਪੜਤਾਲ ਕਰ ਸਕਦੇ ਸਾਂ ਕੀਤੀ ਹੈ ਹੁਣ ਅੱਗੇ ਤੋਂ ਵੀਰ ਕਰਨਗੇ ਇਹ ਕਹਿੰਦੇ ਅਸੀਂ ਜ਼ਰੂਰ ਪੁੱਛਾਂਗੇ ਆਲੇ ਦੁਆਲੇ ਬਜ਼ੁਰਗਾਂ ਨੂੰ ਕਿਤੇ ਵੀ ਕੋਈ ਇਤਿਹਾਸ ਦਾ ਸਰੋਤ ਮਿਲ ਸਕੇ ਇਥੋਂ ਤੱਕ ਇਹਨਾਂ ਕਿਹਾ ਅਸੀਂ ਫੋਟੋ ਦਵਾਂਗੇ ਅਖਬਾਰ ਦੇ ਵਿੱਚ ਕਿ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਸਾਨੂੰ ਦਵੇ ਪਰ ਸਾਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਨਾਲ ਮਿਲ ਕੇ ਖੁਸ਼ੀ ਹੋਈ ਹੈ ਇਹਨਾਂ ਨਾਲ ਗੱਲਾਂ ਕਰਕੇ ਇਹਨਾਂ ਦੇ ਪ੍ਰੇਮ ਦੇਖ ਕੇ ਹੁਣ ਅਸੀਂ ਇੱਥੋਂ ਅੱਗੇ ਚੱਲੇ ਪਾਉਣੇ ਹਨ ਇੱਥੇ ਕਾਫੀ ਸਾਰੇ ਮੰਦਰ ਬਣੇ ਹੋਏ ਹਨ ਲੇਕਿਨ ਆਪਨੇ ਜ਼ਰੂਰ ਕੋਸ਼ਿਸ਼ ਕਰਨਾ ਕੁਝ ਵੀ ਮਿਲੇ ਜ਼ਰੂਰ ਬਾਤ ਕਰਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਚਲਤੇ ਹੈ ਫਿਰ ਮਿਲਾਂਗੇ ਆਪਸੇ ਠੀਕ ਹੈ ਜੀ ਅਸੀਂ ਤਾਂ ਚਾਹਤੇ ਹੈ ਆਪ ਲੋਗ ਆਏ ਯਹਾਂ ਪਰ ਕਦੇ ਵੀ ਸਿਲਚਰ ਆਏ ਫਿਰ ਜ਼ਰੂਰ ਆਏਗੇ ਸੋਸੰਗਤ ਜੀ ਇਹ ਸਾਡੀ ਟੀਮ ਹੈ ਅੱਜ ਦੀ ਏ ਭਾਈ ਸਾਹਿਬ ਜੀ ਭਾਈ ਪ੍ਰੇਮ ਸਿੰਘ ਜੀ ਜਿਹੜੇ ਸਥਾਨ ਦੇ ਸਵੇਰੇ ਦਰਸ਼ਨ ਕੀਤੇ ਉਥੋਂ ਤੇ ਭਾਈ ਰਵਿੰਦਰ ਸਿੰਘ ਜੀ ਇਹ ਵੀ ਇੱਥੇ ਲੋਕਲ ਹਨ ਤੇ ਇਹ ਵੀਰ ਆਪਣੇ ਨਾਲ ਹਨ ਆਪਾਂ ਮੰਦਿਰ ਚੋਂ ਜਾਏ ਹਾਂ ਹੁਣ ਸਾਡੀ ਅੱਗੇ ਇਥੋਂ ਸਿਲਚਰ ਤੋਂ ਰਵਾਨਗੀ ਹੈ ਇਹਨਾਂ ਵੀਰਾਂ ਨੂੰ ਹੁਣ ਸਮਾਂ ਹੈ ਕਿ ਇੱਥੇ ਫਤਿਹ ਬੁਲਾਈਏ ਠੀਕ ਹੈ ਭਾਈ ਗੁਰੂ ਜੀ ਫਿਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਿਲਚਰ ਤੋਂ ਤੁਰ ਪਏ ਆ ਜੀ ਆ ਤੁਸੀਂ ਦੇਖ ਹੀ ਸਕਦੇ ਹੜਾਂ ਨੇ ਇੱਥੇ ਜਿਹੜੀ ਤਬਾਹੀ ਮਚਾਈ ਸੀ ਅੱਜ ਤਕਰੀਬਨ 20 ਦਿਨ ਹੋ ਗਏ ਆ ਤੇ ਅੱਜ ਵੀ ਹਰ ਪਾਸੇ ਪਾਣੀ ਹੀ ਪਾਣੀ ਹੈ ਅੱਜ ਕਿਉਂਕਿ ਸਿਰੇ ਸਿਰੇ ਮੀਂਹ ਪੈ ਕੇ ਹਟਿਆ ਜਿਹੜੇ ਨਾਲ ਨਾਲ ਸਿਲਚਰ ਤੋਂ ਬਾਹਰ-ਬਾਰ ਪਹਾੜ ਹਨ ਉਹਨਾਂ ਦਾ ਦ੍ਰਿਸ਼ ਵੀ ਬਹੁਤ ਸੋਹਣਾ ਬਣ ਰਿਹਾ ਹੈ ਪਾਣੀ ਨੇ ਤੇ ਜਿਹੜੀ ਤਬਾਈ ਮਚਾਈ ਹੀ ਹੈ ਬੱਦਲ ਦਿਖਾਈ ਦਿੰਦੇ ਹਨ ਸੋਹਣੇ ਪਹਾੜ ਦਿਖਾਈ ਦੇ ਰਹੇ ਹਨ ਔਰ ਇਹ ਆਪਣਾ ਰੱਥ ਖੜਾ ਹੈ ਜਿਸ ਤੇ ਗੁਰੂ ਸਾਹਿਬ ਆਪਾਂ ਨੂੰ ਯਾਤਰਾ ਕਰਾ ਰਹੇ ਹਨ ਕਰੀਮਗੰਜ ਨੂੰ ਜਾਂਦਿਆਂ ਹੋਇਆਂ ਆਪਾਂ ਬਦਰਪੁਰ ਆ ਗਏ ਆਂ ਜੀ ਜਿੰਨੂੰ ਹਿਸਟੋਰੀਕਲ ਇੱਕ ਫੋਰਟ ਹੈ ਛੋਟਾ ਜਿਹਾ ਬਣਿਆ ਹੋਇਆ ਸੱਜੇ ਹੱਥਾ ਗੇਟ ਆ ਲਾਲਜੇ ਬਣਿਆ ਗੇਟ ਵੜ ਗਏ ਆ ਸਿੱਧੇ ਜਾ ਰਹੇ ਆ ਮੈਨੂੰ ਲੱਗਦਾ ਨਹੀਂ ਗੱਡੀ ਲਾਉਣ ਦਾ ਕਿਤੇ ਵੀ ਥਾਂ ਹੋਣਾ ਔਰ ਸਾਹਮਣੇ ਫੋਰਟ ਤਾਂ ਨਿਕਾ ਜਿਹਾ ਹੈ ਪਰ ਇਥੋਂ ਪਿੱਛੇ ਨਦੀ ਵਗੈਰਾ ਦਾ 뷰 ਵੀ ਦੱਸਦੇ ਆ ਸੋਹਣਾ ਹੈ ਅਸੀਂ ਗੱਡੀ 'ਚ ਉਤਰੇ ਹੀ ਆਂ ਤੇ ਬੱਕਰੀ ਵਾਜਾਂ ਮਾਰਨ ਦੇ ਹੀ ਆ ਕੀ ਕਹਿੰਨੀ ਆ ਹਾਂਜੀ ਬੱਕਰੀ ਜੀ ਬੋਲੋ ਇੱਕ ਨਿਕਾ ਜਾਂ ਕਿਲਾਵਾਜੀ ਇਥੇ ਬਦਰਪੁਰ ਫੋਟੇ ਨੂੰ ਕਹਿੰਦੇ ਆ ਤੁਸੀਂ ਦੇਖੀ ਸਕਦੇ ਕੰਧਾਂ ਦੇ ਵਿੱਚ ਤੇ ਘਾਊਗਾ ਹੋਇਆ ਹੈ ਹੈ ਇਹ ਮੁਗਲਾਂ ਦੇ ਸਮੇਂ ਦਾ ਬਣਿਆ ਹੋਇਆ ਏਰੀਆ ਤੇ ਜਿੰਨਾਂ ਕ ਆਪਣਾ ਨਿੱਕੇ ਜੇ ਘਰ ਦਾ ਹੁੰਦਾ ਉਹਨਾਂ ਕੀ ਹੈ ਉੱਤੇ ਤੇ ਕੰਧਾਂ ਤੇ ਆਪਾਂ ਕਿਤੇ ਚੜਨਾ ਨਹੀਂ ਹੈ ਤੇ ਮੀਂਹ ਜਸੇਰੇ ਪਿਆ ਪਾਣੀ ਥੱਲੇ ਐ ਕੰਦਾਂ ਦੇ ਵਿੱਚ ਸਲਾਬ ਐ ਪੂਰੀ ਨੁਕਰਾਂ ਦੇ ਵਿੱਚ ਮੋਰਚੇ ਬਣੇ ਹੋਏ ਆ ਆਹ ਮੋਰਚਾ ਇਧਰ ਖੁੱਲਾ ਹੈ ਆ ਜਿਹੜਾ ਦਰਖਤ ਆ ਨਾ ਇਹਦੇ ਉੱਤੇ ਸਾਰੇ ਦੀਆਂ ਟਾਹਣੀਆਂ ਦੇ ਉੱਤੇ ਨਾ ਪੱਤੇ ਦੀ ਉੱਗੇ ਹੋਏ ਆ ਇਹ ਪਹਿਲੀ ਵਾਰੀ ਮੈਂ ਵੇਖਿਆ ਹੋਣੇ ਕੁਦਰਤੀ ਆ ਜਾਂ ਕੀ ਚੱਕਰ ਐ ਨਹੀਂ ਪਤਾ ਇਹ ਪੁੱਛਦੇ ਆ ਆਹ ਕਿਲਾ ਬਿਲਕੁਲ ਨਦੀ ਦੇ ਕਿਨਾਰੇ ਆ ਆਈ ਥਿੰਕ ਇਹਨੂੰ ਬਰਾਕ ਰਿਵਰ ਹੀ ਕਹਿੰਦੇ ਹਨ ਤੇ ਬਰਾਕ ਵੈਲੀ ਹੀ ਇਸ ਏਰੀਏ ਦਾ ਨਾਮ ਹੈ ਆਹ ਰਿਵਰ ਜਿਹੜੀ ਆ ਨਾ ਇਹ ਉਹ ਹੀ ਆ ਹੁਣ ਵੀ ਪਾਣੀ ਬਹੁਤ ਜ਼ਿਆਦਾ ਇਹਦੇ ਵਿੱਚ ਜਦੋਂ ਇਸ ਨਾਲ ਪਾਣੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਚੜਿਆ ਹੋਏਗਾ ਪੂਰੀ ਏਸੇ ਨੇ ਤਬਾਈ ਮਚਾਈ ਹੋਏਗੀ ਇਸ ਦਰਖਤ ਦਾ ਤਤ ਨਿਕਲ ਗਿਆ ਹੈ ਜੀ ਇਹਦੇ ਆਪਣੇ ਪੱਤੇ ਨਹੀਂ ਹਨ ਆ ਵੇਲ ਹੀ ਇੱਕ ਜੜੀ ਹੋਈ ਹੈ ਜਿਹੜੀ ਇਹ ਵੇਲ ਤੇ ਇਹ ਦਰਖਤ ਇੱਕ ਮੇਕੀ ਹੋ ਚੁੱਕੇ ਹਨ ਵੇਲ ਨੇ ਹਰ ਟਾਣੀ ਦੇ ਉੱਤੇ ਜਾ ਕੇ ਆਪਣੇ ਪੱਤੇ ਉਗਾ ਲਏ ਹਨ ਪਰ ਆਹ ਟਾਣ ਜਿਹੜਾ ਥੱਲੇ ਹੈ ਜੇ ਤੁਸੀਂ ਆਹ ਦੇਖੋ ਇਹਦੇ ਉੱਤੇ ਉਹ ਵੇਲ ਜਿੱਥੇ ਨਹੀਂ ਹੈ ਉਥੇ ਇਹ ਟਾਣੀ ਦੇ ਉੱਤੇ ਪੱਤੇ ਨਹੀਂ ਹਨ ਜਾਂ ਇਸ ਪਾਸੇ ਜਿਹੜਾ ਹੈ ਇਸ ਦੇ ਉੱਤੇ ਵੀ ਪੱਤੇ ਨਹੀਂ ਹਨ ਇਹ ਆਪਾਂ ਤਕਰੀਬਨ ਸਿਲਚਰ ਤੋਂ ਡੇਢ ਕ ਘੰਟੇ ਦਾ ਰਸਤਾ ਹੈ ਜੀ ਬਦਰਪੁਰ ਤੋਂ ਹੋ ਕੇ ਅੱਗੇ ਕਰੀਮਗੰਜ ਸ਼ਹਿਰ ਹੈ ਇਹ ਇੱਕ ਜ਼ਿਲ੍ਹਾ ਹੈ ਇੱਥੇ ਆਪਾਂ ਪਹੁੰਚ ਗਏ ਹਾਂ ਹਾਂ ਜੀ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਵੀ ਇੱਥੇ ਆਏ ਹਨ ਜਿੱਥੇ ਵੀ ਆਏ ਹਨ ਗੁਰੂ ਸਾਹਿਬ ਜੀ ਨੇ ਉੱਥੇ ਲੋਕਾਈ ਦਾ ਭਲਾ ਕੀਤਾ ਹੈ ਲੋਕਾਂ ਨੂੰ ਉਤਾਰਿਆ ਹੈ ਸਿੱਧੇ ਰਾਹ ਪਾਇਆ ਹੈ ਹੁਣ ਇੱਥੇ ਆਪਾਂ ਕੁਝ ਵੀਰ ਇੱਥੇ ਬੀਐਸਐਫ ਦੇ ਵਿੱਚ ਜੌਬ ਕਰਦੇ ਹਨ ਉਹਨਾਂ ਨੂੰ ਮਿਲਾਂ ਗਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਸਾਡੇ ਇੱਥੇ ਪਹਿਰੇ ਤੇ ਆ ਦੂਜੀ ਅੱਗੇ ਉਹਨਾਂ ਕੋਲ ਚੱਲਦੇ ਠੀਕ ਹੈ ਮਿਲਦੇ ਵੀਰੇ ਕਰੀਮਗੰਜ ਸ਼ਹਿਰ ਵਿੱਚ ਵੈਸੇ ਤਾਂ ਗੁਰਦੁਆਰਾ ਸਾਹਿਬ ਕੋਈ ਨਹੀਂ ਹੈ ਇਹ ਬੀਐਸਐਫ ਦੇ ਵੀਰ ਜਿਹੜੇ ਹਨ ਇੱਥੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਪਾਂ ਵੀਰਾਂ ਨੂੰ ਮਿਲਣਾ ਆਏ ਆਂ ਗੁਰੂ ਸਾਹਿਬ ਜੀ ਦੇ ਵੀ ਦਰਸ਼ਨ ਕਰਾਂਗੇ। ਕਰੀਮਗੰਜ ਇਹ ਤੋਂ 3 ਕਿਲੋਮੀਟਰ ਦੂਰ ਹੀ ਬੰਗਲਾਦੇਸ਼ ਦਾ ਬਾਰਡਰ ਹੈ ਜਿੱਥੇ ਆਪਾਂ ਇਸ ਵੇਲੇ ਆਏ ਆਂ। ਇਹ ਸਾਰੇ ਵੀਰ ਜਿਹੜੇ ਬੀਐਸਐਫ ਦੇ ਜਵਾਨ ਹਨ ਇਹਨਾਂ ਦੇ ਨਾਲ 2 ਘੰਟੇ ਬੈਠ ਕੇ ਪ੍ਰਸ਼ਾਦਾ ਪਾਣੀ ਰਲ ਕੇ ਛਕਿਆ, ਬੜਾ ਹੱਸੇ ਖੇਡੇ ਆਂ ਬੈਠ ਕੇ। ਇਹ ਆਪਣਾ ਹੀ ਇੱਕ ਪਰਿਵਾਰ ਜਿਵੇਂ ਜੁੜ ਜਾਂਦਾ ਹੈ। ਬੜੀਆਂ ਖੁਸ਼ੀਆਂ ਖੇੜਿਆਂ ਦੀਆਂ ਗੱਲਾਂ ਹੋਈਆਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੀ ਕ੍ਰੀਮਗੰਜ ਆਏ ਹਨ ਲੜੀ ਚੱਲ ਰਹੀ ਸੀ ਜਿਵੇਂ ਗੁਰੂ ਸਾਹਿਬ ਉਹ ਪੂਵਨ ਪਹਾੜ ਤੋਂ ਅੱਗੇ ਫਿਰ ਸਿਲਚਰ ਦੇ ਲਾਗੇ ਤੇ ਫਿਰ ਇੱਥੋਂ ਹੋ ਕੇ ਅੱਗੇ ਸਿਲਰਟ ਜਿਹੜਾ ਕਿ ਸ਼ਹਿਰ ਹੈ ਇੱਕ ਬੰਗਲਾਦੇਸ਼ ਦੇ ਵਿੱਚ ਉਧਰ ਗਏ ਹਨ ਇਹ ਟਰੈਵਲਸ ਆਫ ਗੁਰੂ ਨਾਨਕ ਉਹਦੇ ਵਿੱਚ ਵੀ ਹੈ ਜਿਹੜੀ ਪੁਸਤਕ ਹੈ ਬਾਬੇ ਤਾਰੇ ਚਾਰ ਚੱਕ ਵਿੱਚ ਵੀ ਲਿਖਿਆ ਹੋਇਆ ਹੈ ਕਿ ਇਤਿਹਾਸਕ ਲਿਖਤਾਂ ਤੋਂ ਬਾਬਾ ਨਾਨਕ ਜੀ ਦੇ ਕ੍ਰੀਮਗੰਜ ਆਉਣ ਦਾ ਪਤਾ ਲੱਗਦਾ ਹੈ ਪਰ ਕੋਈ ਇਤਿਹਾਸਕ ਲਿਖਤ ਨਹੀਂ ਮਿਲਦੀ ਸਾਡਾ ਆਉਣ ਦਾ ਮਕਸਦ ਉਸ ਥਾਂ ਤੇ ਪਹੁੰਚਣਾ ਸੀ ਜਿੱਥੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਹਨ ਤੇ ਦੂਜਾ ਇਹ ਸੀ ਕਿ ਗੱਲ ਅੱਗੇ ਫਿਰ ਕੀ ਪਤਾ ਕਦੋਂ ਇੱਥੇ ਕੋਈ ਇਤਿਹਾਸਕ ਨਿਸ਼ਾਨੀ ਮਿਲ ਜਾਵੇ ਬਾਕੀ ਸੰਗਤ ਜੀ ਇਹ ਵੀਰ ਜਿਹੜੇ ਹਨ ਅਸੀਂ ਤੇ ਇਹੀ ਅਰਦਾਸ ਕਰਾਂਗੇ ਕਿ ਜਿੱਥੇ ਵੀ ਰਹਿਣ ਖੁਸ਼ ਰਹਿਣ ਸੁਖੀ ਰਹਿਣ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇੰਨੀ ਦੂਰੇ ਨਾ ਵੀਰਾਂ ਨੇ ਸਾਨੂੰ ਬਹੁਤ ਪਿਆਰ ਮਾਣ ਬਖਸ਼ਿਆ ਹੈ ਗੁਰੂ ਸਾਹਿਬ ਜੀ ਦਾ ਸ਼ੁਕਰ ਇਹਨਾਂ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆ ਜੀ ਇੱਕ ਤੰਗ ਜਿਹਾ ਪੁਲ ਤੇ ਉਹ ਵੇਖੋ ਪੱਠਾ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਇਧਰ ਵੇਖੋ ਸਭ ਪਾਣੀ ਦੀ ਜਲ ਥਲ ਜਲ ਥਲ ਹੋਈ ਪਈ ਐ ਉਹ ਮੇਨ ਹਾਈਵੇ ਜਾ ਰਿਹਾ ਜਿਸ ਤੇ ਅਸੀਂ ਹੋਣੇ ਚੜ ਜਾਣਾ ਤੇ ਅੱਗੇ ਵੀ ਜਿੱਥੋਂ ਤੱਕ ਮੈਨੂੰ ਦਿਖਾਈ ਦੇ ਰਿਹਾ 5-6 ਕਿਲੋਮੀਟਰ ਤੱਕ ਵੀ ਕਈ ਥਾਵਾਂ ਤੋਂ ਦਿਖ ਰਿਹਾ ਸਭ ਪਾਣੀ ਹੀ ਪਾਣੀ ਹੈ ਆ ਮੇਨ ਹਾਈਵੇ ਐ ਇਹ ਜਿਹੜਾ ਕ੍ਰੀਮ ਗੰਜ ਤੋਂ ਤ੍ਰਿਪੁਰਾ ਸਟੇਟ ਉਧਰ ਨੂੰ ਜਾ ਰਿਹਾ ਹੈ ਇਧਰਲੇ ਪਾਸੇ ਆਈਏ ਤੇ ਇੰਡੀਆ ਦੀ ਇਹ ਲਾਸਟ ਸਟੇਟ ਹੈ ਕਾਰਨਰ ਦੇ ਵਿੱਚ ਜਾ ਕੇ ਬਿਲਕੁਲ ਜਿਹਦੀ ਹੱਦ ਬੰਗਲਾਦੇਸ਼ ਤੇ ਸ਼ਾਇਦ ਬਰਮਾ ਦੇ ਨਾਲ ਵੀ ਲੱਗਦੀ ਹੈ ਤੇ ਬੜਾ ਸ਼ਾਂਤ ਜਿਹਾ ਵਾਤਾਵਰਨ ਹੈ ਇਹਨਾਂ ਇਲਾਕਿਆਂ ਦਾ ਤ੍ਰਿਪੁਰਾ ਦਾ ਬਾਰਡਰ ਇੱਥੋਂ ਤਕਰੀਬਨ 15 ਕਿਲੋਮੀਟਰ ਦਾ ਰਸਤਾ ਰਹਿ ਗਿਆ ਥੋੜੀ ਥੋੜੀਆਂ ਛੋਟੀਆਂ ਛੁੱਟੀਆਂ ਪਹਾੜੀਆਂ ਜੀਆਂ ਆਉਣ ਲੱਗ ਪਈਆਂ ਆਸਾਮ ਤਕਰੀਬਨ ਤਕਰੀਬਨ ਆਪਾਂ ਨਿਕਲ ਆਏ ਆ ਜਿਹੜਾ ਦੂਸਰਾ ਪਾਸਾ ਨਾ ਆਸਾਮ ਦਾ ਦੂਰ ਐਂਡਿੰਗ ਪਾਰਟ ਉਧਰਲੇ ਪਾਸੇ ਤੇ ਲੱਗੇ ਆ ਗਏ ਆ ਇੱਥੋਂ 10 ਕਿਲੋਮੀਟਰ ਦੂਰ ਤ੍ਰਿਪੁਰਾ ਹੈ ਹੁਣ ਜਿਸ ਇਲਾਕੇ 'ਚ ਇਸ ਵੇਲੇ ਅਸੀਂ ਆ ਨਾ ਇੱਕ ਅਲੱਗ ਫੀਲਿੰਗ ਹੈ ਇਹਦੀ ਇਹ ਬੜਾ ਸ਼ਾਂਤ ਜਿਹਾ ਵਾ ਦੂਰ ਜੇ ਹੋਣ ਲੱਗ ਪਿਆ ਪਾਸੇ ਜੀ ਆ ਸੜਕ ਤੇ ਸੋਹਣੀ ਹੈ ਪਿੰਡਾਂ ਦੇ ਵਿੱਚ ਆ ਗਏ ਆ ਆ ਦਰਖਤ ਪਤਾ ਨਹੀਂ ਕਾਦੇ ਭਾਰੇ ਬਾਗ ਜਿਹੀ ਹੈ ਪਿੱਛੇ ਖੁੱਲੇ ਇਲਾਕੇ ਹਨ ਥੋੜੇ ਜੇ ਪੱਧਰੇ ਇਲਾਕੇ ਹਨ ਜਿੱਥੇ ਘਾਹ ਵਗੈਰਾ ਪਾਣੀ ਹੈ ਫਸਲਾਂ ਵੀ ਹੁੰਦੀਆਂ ਹੋਣਗੀਆਂ ਕਿਸੇ ਟਾਈਮ ਦੇ ਉੱਤੇ ਸੜਕ ਵੇਖੋ ਬਿਲਕੁਲ ਸ਼ਾਂਤ ਜੀ ਹੈ ਆ ਬੂਟੇ ਦੇ ਕੋਲ ਆਪਾਂ ਆਏ ਆ ਬੂਟੇ ਨੂੰ ਕੱਟ ਮਾਰੇ ਹੋਏ ਆ ਕੱਟ ਮਾਰ ਕੇ ਘੱਟ ਦੁੱਧ ਜਿਹਾ ਨਿਕਲਦਾ ਹੈ ਬੂਟੇ ਦੇ ਵਿੱਚੋਂ ਇਹ ਚਿੱਟੇ ਰੰਗ ਦਾ ਦੁੱਧ ਨਿਕਲ ਕੇ ਆ ਕੁੱਪੀ ਤੇ ਮੁੱਦੀ ਹੋਈ ਪਈ ਹੈ ਆ ਦੇਖੋ ਦੁੱਧ ਜਿਹੜਾ ਨਾ ਸਾਰਾ ਹੀ ਥੱਲੇ ਡੁੱਲਣਦਿਆ ਦਰਖਤ ਦੇ ਨਾਲ ਨਾਲ ਆ ਥੱਲੇ ਹੁਣ ਕੀੜੇ ਖਾ ਰਹੇ ਆ ਵਾਇਗਰੂ ਜੀ ਸੰਗ ਜੀ ਦੇਖੋ ਇਹ ਰਬੜ ਹੈ ਇਸੇ ਦਾ ਹੀ ਫਿਰ ਅੱਗੇ ਰਬੜ ਬਣਦੀ ਹੈ ਇਹ ਦੁੱਧ ਇਹ ਛਿਲਦਿਨ ਹਲਕਲ ਕਾ ਛਿਲਕੇ ਇਹਨੂੰ ਨੂੰ ਕੋ ਪੀਸਰਾ ਲਾ ਕੇ ਰੱਖ ਦਿੰਦੇ ਨੇ ਇਹਦੇ ਵਿੱਚ ਭਰ ਜਾਂਦਾ ਹੈ ਇਹ ਤਕਰੀਬਨ ਤਕਰੀਬਨ ਅਸਾਮ ਦੀ ਹੱਦ ਹੈ ਤੇ ਇਸ ਤੋਂ ਅੱਗੇ ਬਾਰਡਰ ਆਉਣ ਲੱਗਾ ਹੈ ਅਸੀਂ ਤ੍ਰਿਪੁਰਾ ਦੇ ਵਿੱਚ ਵੜ ਜਾਵਾਂਗੇ ਹੋਰ ਹੈ ਗਿਆ ਜੀ ਪਿੱਛੇ ਅਸਾਮ ਅੱਗੇ ਤ੍ਰਿਪੁਰਾ ਹਾਂਜੀ ਨਮਸਤੇ ਨਮਸਤੇ ਜੀ ਠੀਕ ਠਾਕ ਹੈ ਆਪ ਠੀਕ ਠਾਕ ਹੈ ਭਾਈ ਇਹ ਤ੍ਰਿਪੁਰਾ ਦੇ ਬਾਰਡਰ ਦੇ ਉੱਤੇ ਐਂਟਰੀ ਕਰਾ ਰਹੇ ਵੀਰ ਤ੍ਰਿਪੁਰਾ ਵਾਲੇ ਤੇ ਸ਼ਲਾਂਗ ਵਾਲੇ ਤੇ ਮਿੱਤਰ ਹੋ ਗਏ ਆ ਉਹ ਤਾਂ ਚਾਹ ਪੀਣ ਲਈ ਕਹਿ ਰਹੇ ਨੇ ਹਾਂ ਚਾਹ ਪੀਣੀ ਹੈ ਚਾਹ ਪੀ ਕੇ ਜਾਓ ਅੱਛਾ ਆ ਹੁਣ ਤਰੀਪੁਰਾ ਚ ਵੜਦੇ ਆਂ ਇਹ ਸੜਕ ਜਿਹੜੀ ਟੁੱਟੀ ਆ ਗਈ ਹੈ ਪਰ ਥੋੜੀ ਅੱਗੇ ਜਾ ਕੇ ਇੱਕ ਮੇਨ ਰੋਡ ਆਉਣੀ ਆ ਹੋਪਫੁਲੀ ਉਹ ਜਿਹੜੀ ਰੋਡ ਜਿਹੜੀ ਉਹ ਸਹੀ ਹੋਏਗੀ ਚੰਗੀ ਹੋਏਗੀ ਅੱਜ ਖਾਲਸੇ ਪਹਿਲੀ ਵਾਰੀ ਸ਼ਾਮ ਨੂੰ ਆਪਣਾ ਇੱਥੇ ਡੇਰਾ ਲਾਉਣ ਲੱਗੇ ਆ ਜਿੱਥੇ ਕੁਕਿੰਗ ਕਰਨ ਲੱਗੇ ਆ ਉਹ ਚੁੱਲਾ ਲੱਗਣ ਲੱਗਾ ਇਥੇ ਛੇਤੀ ਛੇਤੀ ਕੁਕਿੰਗ ਕਰਕੇ 10 ਕਿਲੋਮੀਟਰ ਹੋਰ ਅੱਗੇ ਜਾਣਾ ਹੈ ਜੇ ਉੱਥੇ ਜਾ ਕੇ ਫਿਰ ਕੋਈ ਨਾ ਕੋਈ ਹੋਟਲ ਲੱਭ ਕੇ ਉੱਥੇ ਰਹਿ ਲਾਂਗੇ ਪਰ ਖਾਲਸੇ ਅੱਜ ਕਹਿੰਦੇ ਕੁਕਿੰਗ ਆਪਣੀ ਹੀ ਕਰਕੇ ਆਪਣਾ ਖਾਣਾ ਹੈ ਲੱਗੇਗਾ ਹਾਂਜੀ ਨਮਸਤੇ ਜੀ ਠੀਕ ਹੈ ਆਪ ਛਾਮ ਦਾ ਖਾਣਾ ਬਣਾएंगे ਆਪ ਖਾਣਗੇ ਆਪ ਕੀ ਖਾਣਾ ਖਾਤੇ ਹੈ ਚਾਹਲ ਚਾਹਲ ਚਾਵਲ ਖਾਤੇ ਹੈ ਪਿੰਡ ਵਾਲੇ ਵੀ ਆ ਗਏ ਆ ਨਾਲ ਵੇਖਣ ਵੀ ਖਾਲਸੇ ਕੀ ਕਰ ਰਹੇ ਆ ਬੜੀ ਉਤਸੁਕਤਾ ਨਾਲ ਦੇਖ ਰਹੇ ਹੁਣ ਕੀ ਬਣੇਗਾ ਇਧਰ ਬੈਂਗਣ ਬਣ ਰਹੇ ਆ ਉੱਧਰ ਕਟੀਆਂ ਜਾ ਰਹੀਆਂ ਪਿੰਡੀਆਂ ਬਤਾऊं ਤਾਂ ਭੁੰਨ ਦਿੱਤੇ ਗਏ ਹਨ ਥੋੜੀ ਸ਼ਾਮ ਪੈਂਦੀ ਸਿੰਗਾ ਨੂੰ ਥੋੜੀ ਜਲਦੀ ਹੈ ਇਧਰ ਪਿਆਜ਼ ਕੱਟੇ ਚੱਲੇ ਆ ਤੇ ਇਹ ਹੋ ਗਏ ਸਾਡੇ ਲਈ ਪਿੰਡੀਆਂ ਅੱਜ ਸਾਡਾ ਮਸਾਲਿਆਂ ਵਾਲਾ ਡੱਬਾ ਤਿਆਰ ਹੋ ਗਿਆ ਜੀ ਨਵਾਂ ਇਹ ਤੰਪੇ ਤੰਪੇ ਕਿਹਨਰ ਤੇ ਆਇਆ ਆ ਜੀ ਜਨਨ ਨਾਨਕ ਪਿੰਦ ਯਾਸੀਕ ਤੇਰੇ ਪਗਤ ਤੇਰੇ ਪਗਤ ਸਲਾਹ ਕਰਨ ਤੋਂ ਜੀ ਔਰ ਅਨਕ ਸਨੇਕ ਨੰਤਾ ਆਇਆ ਜੀ ਰਸੋਈ ਦਾ ਨਜ਼ਾਰਾ ਵੇਖੋ ਤੂੰ ਉੜਦਾ ਹੁਣ ਤਵੇ ਦੇ ਉਤੋਂ ਸਿੰਘਾਂ ਨੇ ਦੋ ਸਬਜ਼ੀਆਂ ਬਣਾ ਲਈਆਂ ਹੁਣ ਸਮਾਂ ਆਇਆ ਹੈ ਪ੍ਰਸ਼ਾਦੇ ਵੇਲਣ ਦਾ ਤੇ ਹੁਣ ਆਲੇ ਦੁਆਲੇ ਥੋੜਾ ਥੋੜਾ ਹਨੇਰਾ ਵੀ ਹੋ ਗਿਆ ਇਸ ਕਰਕੇ ਸਾਨੂੰ ਥੋੜੀ ਲਾਈਟਿੰਗ ਦੀ ਵੀ ਲੋੜ ਪੈ ਰਹੀ ਹੈ ਪ੍ਰਸ਼ਾਦੇ ਪੱਕ ਦੇ ਪੈ ਨੇ ਤਰੀਪੁਰਾਂ ਦੀਆਂ ਛੜਕਾਂ ਤੇ ਬਹਿ ਕੇ ਸਿੰਘ ਸ਼ੱਕ ਦੇ ਪੈ ਨੇ ਇੱਕ ਸਿੰਘ ਵੇਲਦਾ ਏ ਇੱਕ ਸਿੰਘ ਪ੍ਰਸ਼ਾਦਿਆਂ ਦੇ ਨਾਲ ਖੇਲਦਾ ਏ ਇੱਕ ਵੀਡੀਓ ਬਣਾਉਂਦਾ ਏ ਰੋਟੀ ਕੋਈ ਨਹੀਂ ਪਕਾਉਂਦਾ ਏ ਉਹ ਗੀਤ ਖੁਸ਼ੀ ਦੇ ਗਾਉਂਦਾ ਏ ਗੁਰੂ ਨਾਨਕ ਦਾ ਸਦਵਾਉਂਦਾ ਏ ਰੋਟੀਆਂ ਪਕਦੀਆਂ ਨੇ ਸੰਗਤਾਂ ਛਕਦੀਆਂ ਨੇ ਇਹ ਦੇਖੋ ਵੀਰ ਸਾਡੇ ਲਈ ਪੁੱਛਣ ਆਇਆ ਵੀ ਭਾਈ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਨਮਸਤੇ ਠੀਕ ਹੈ ਆਪ ਹਾਂ ਠੀਕ ਹੈ ਚੈਨਲ ਕੋ ਸਬਸਕ੍ਰਾਈਬ ਕਰ ਦੇਣਾ ਇਹ ਲਈ ਪ੍ਰੋਗਰਮ ਕਰ دیا۔ ਇਹ ਅੱਜ ਦਾ ਆਪਣਾ ਰਹਿਣ ਬਸੇਰਾ ਹੋ ਗਿਆ ਜੀ ਤੇ ਆ ਗਿਆ ਆਪਣਾ ਸਮਾਨ ਵੀ ਅਸੀਂ ਪਹੁੰਚ ਗਏ ਹਾਂ ਜੀ ਧਰਮਨਗਰ ਅੱਜ ਇੱਥੇ ਹੀ ਰੁਕਾਂਗੇ ਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ